सत श्री अकाल दोस्तों, लंघे दिन पटियाला दे गुरुद्वारा श्री दुख निवारण साहिब विखे बेअदबी दी एक अजिही घटना वापरी कि जिसने हर एक दा हिरदा बलुंदर के रख दिता। उत्थे ही इस घटना तो बाद अमृतपाल सिंह दी एक वीडियो वायरल हो रही है। हालांकि यह वीडियो तो पहला दी है, पर इस वीडियो नू देख के तुहानू लगेगा अमृतपाल सिंह ने जिवें पटियाला दे विच उस औरत वालों गुरु घर दे विच शराब पीण वाली जो बेअदबी की घटना की है उसके बारे संगत नू झंझोड़िया होवे। आओ तुहाडे सामने अमृतपाल सिंह दी ओह वीडियो भी रख दी जो कि इस वीडियो दे विच बेअदबी दे बारे कहा, वह भी रखते हैं। उस तो पहला तुहानू दस दिए कि गुरुद्वारा साहब की कमेटी ने किहड़े नवें खुलासे किए ने, पहला तुसीं इह सुणो, उस तो बाद अमृतपाल सिंह दी वीडियो भी तुहानू सुणाउने आ बेअदबी दे मसले ते उन्हां वल्लों की कहा गया। सो तुहाडा इस मसले बारे की कहना जरूर कमेंट करके दसना। होर ताज़ा खबरां दे लई बने रहना अनलिमिटेड ज्ञान दे नाल, धन्नवाद। उस लड़की दे जदों उहनूं फड़िया गया उहदे बैग की तलाशी ली गई, जिथे शराब की बोतल तां मैं तुहानूं दस्सिया वी उहदे कोल सी, उहनें तोड़ के साडे सेवादार ते अटैक करन दी कोशिश भी कीती, अटैक कीता वी ते उहदे बैग दे विच उह जर्दे दीआं पुड़ियां भी मिलियां, कुछ नशीलियां गोलियां भी उहदे बैग दे विच मिलियां। उस लड़की दे जदों उहनूं फड़िया गया उहदे बैग की तलाशी ली गई, जिथे शराब की बोतल तां मैं तुहानूं दस्सिया वी उहदे कोल सी, उहनें तोड़ के साडे सेवादार ते अटैक करन दी कोशिश भी कीती, अटैक कीता वी ते उहदे बैग दे विच उह जर्दे दीआं पुड़ियां भी मिलियां, कुछ नशीलियां गोलियां भी ਉਹਦੇ ਬੈਗ ਦੇ ਵਿੱਚੋਂ ਮਿਲੀਆਂ। ਇਹ ਲੜਕੀ ਇਕੱਲੀ ਸੀ ਜੋ ਉੱਥੇ ਪਾਈ ਗਈ ਆ, ਅਤੇ ਕੋਈ ਹੋਰ ਕੋਈ ਇਹਦਾ ਵਾਲੀ ਵਾਰਸ ਵੀ ਨਹੀਂ ਇੱਥੇ ਪਹੁੰਚਿਆ, ਅਤੇ ਪੁਲਿਸ ਜਿਹੜੀ ਸੀ ਉਹ ਇਹਨੂੰ ਲੈ ਗਈ ਸੀ। ਦੇਖੋ, ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਜਿਹੀਆਂ ਘਟਨਾ ਵਾਪਰੀਆਂ, ਭਾਵਾਂ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਗੱਲ ਕਰੀਏ ਜਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਮਰਿੰਡਿਆ ਜਿਹੜੀ ਘਟਨਾ ਵਾਪਰੀ ਹੈ, ਬੜੇ ਹੀ ਅਤ ਨਿੰਦਣਯੋਗ ਘਟਨਾ ਵਾਪਰੀ ਹੈ। ਵੱਖ ਵੱਖ ਗੁਰੂ ਘਰਾਂ ਵਿੱਚ ਬੇਅਦਬੀਆਂ ਹੁੰਦੀਆਂ ਆ ਰਹੀਆਂ ਵਾ। ਮੈਂ ਸਮਝਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ਾਂ ਨੇ, ਕੀ ਕਾਰਨ ਨੇ, ਨਾ ਤਾਂ ਸਰਕਾਰਾਂ ਇਹ ਸਾਬਤ ਕਰ ਸਕੀਆਂ ਹਾਲੇ ਤੱਕ, ਨਾ ਸਿੱਖ ਕੌਮ ਨੂੰ ਕੋਈ ਇਨਸਾਫ਼ ਹੀ ਦੇ ਸਕੀਆਂ ਹਾਲੇ ਤੱਕ, ਕੋਈ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਮੈਂ ਸਮਝਦਾ ਕਿ ਲੋਕ ਆ ਪਿਛਲੇ ਸਮੇਂ ਤੋਂ ਦੇਖ ਰਹੇ, ਭਾਵੇਂ ਮਰਿੰਡੇ ਵਾਲੀ ਗੁਰਦੁਆਰਾ ਸਾਹਿਬ ਵਾਲੀ ਵੀ ਘਟਨਾ ਜਾਂ ਕੱਲ੍ਹ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵਾਪਰੀ ਹੈ, ਸੰਗਤ ਦੇ ਵਿੱਚ ਰੋਸ ਹੋਣ ਕਰਕੇ ਅਤੇ ਸਰਕਾਰਾਂ ਕੋਲੋਂ ਇਨਸਾਫ਼ ਨਾ ਮਿਲਣ ਕਰਕੇ ਮੈਂ ਸਮਝਦਾ ਕਿ ਸੰਗਤਾਂ ਆਪ ਹੀ ਇਨਸਾਫ਼ ਕਰਨ ਲੱਗ ਗਈਆਂ। ਇਹ ਸਮਝਣ ਦੀ ਲੋੜ ਹੈ, ਸਰਕਾਰਾਂ ਇਹ ਸਾਬਤ ਨਹੀਂ ਕਰ ਸਕੀਆਂ, ਨਾ ਕੋਈ ਸਪਸ਼ਟ ਕਰ ਸਕੀਆਂ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣੇ ਪ੍ਰਬੰਧ ਅਸੀਂ ਅਚੇਚੇ ਤੌਰ 'ਤੇ ਹਮੇਸ਼ਾ ਉਸਾਰੂ ਕਰਦੇ ਰਹਿੰਦੇ ਹਾਂ। ਸਾਡੇ ਮੈਨੇਜਰ ਸਾਹਿਬ, ਸਾਰੇ ਮੁਲਾਜ਼ਮ ਥਾਂ ਥਾਂ 'ਤੇ ਕੈਮਰੇ ਲੱਗੇ ਹੋਏ ਆ, ਹੋਰ ਬਹੁਤ ਸਾਰੇ ਅਸੀਂ ਸਾਡੇ ਜਿੰਨੇ ਵੀ ਸੇਵਾਦਾਰ ਆ ਅਲਰਟ ਰਹਿੰਦੇ ਨੇ। ਪਰ ਕਿਉਂਕਿ ਗੁਰੂ ਘਰ ਹੈ, ਇਹਦੇ ਵਿੱਚ ਅਸੀਂ ਕਿਸੇ ਦੀ ਹਰ ਸ਼ਰਧਾਲੂ ਦੀ ਅਸੀਂ ਸ਼ਰਧਾਲੂ ਸਮਝ ਕੇ ਉਹਦੀ ਤਲਾਸ਼ੀ ਵੀ ਨਹੀਂ ਲੈ ਸਕਦੇ, ਕਿਉਂਕਿ ਉਹ ਵੀ ਉਲਟ ਗੱਲ ਜਾਂਦੀ ਹੈ। ਪਰ ਫਿਰ ਵੀ ਮਾਨਯੋਗ ਐਡਵੋਕੇਟ ਸਾਡੇ ਹਰਜਿੰਦਰ ਸਿੰਘ ਧਾਮੀ ਸਾਹਿਬ ਅਤੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ 'ਤੇ ਫੈਸਲੇ ਲੈ ਰਹੀ ਹੈ, ਕਿਉਂਕਿ ਜਿਹੜੇ ਸਾਡੇ ਪ੍ਰਵੇਸ਼ ਗੇਟ ਨੇ ਉਹਨਾਂ 'ਤੇ ਕੋਈ ਨਾ ਕੋਈ ਅਜਿਹੇ ਯੰਤਰ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ, ਅਜਿਹੇ ਅਨਸਰ ਜਿਹੜੇ ਆ ਉਹ ਗੁਰੂ ਘਰ ਅੰਦਰ ਨਾ ਵੜ ਸਕਣ। ਇੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੱਲ ਚੱਲ ਰਹੀ ਸਵੇਰ ਤੋਂ ਜਦੋਂ ਵੀ ਇਹ ਘਟਨਾ ਵਾਪਰੀ ਵੀ ਇਹ ਘਟਨਾ ਪ੍ਰਕਰਮਾਂ ਦੇ ਅੰਦਰ ਵਾਪਰੀ, ਉਹਦੇ ਬਾਰੇ ਤੁਸੀਂ ਕੀ ਕਹੋ? ਨਹੀਂ, ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜੇ ਸੋਸ਼ਲ ਮੀਡੀਆ ਦੇ ਵਿੱਚ ਗਲਤ ਗੱਲਾਂ ਚੱਲ ਰਹੀਆਂ ਉਹਨਾਂ ਨੂੰ ਰੋਕਣ ਦੀ ਲੋੜ ਆ। ਇਹ ਘਟਨਾ ਜਿਹੜੀ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਵਾਪਰੀ, ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਹੈ, ਅਤੇ ਉਸ ਵੇਲੇ ਵਾਪਰੀ ਹੈ ਜਦੋਂ ਪੁਲਿਸ ਉਸ ਲੜਕੀ ਨੂੰ ਲੈ ਕੇ ਪੁਲਿਸ ਸਟੇਸ਼ਨ ਜਾ ਰਹੀ ਸੀ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇਹ ਘਟਨਾ ਨਹੀਂ ਵਾਪਰੀ, ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਇਹ ਘਟਨਾ ਵਾਪਰੀ। ਤੁਹਾਨੂੰ ਲੱਗਦਾ ਵੀ ਉਹਦੀ ਔਰਤ ਦੀ ਮੌਤ ਦੇ ਹੋ ਜਾਣ ਨਾਲ ਸਾਜ਼ਿਸ਼ ਤੇ ਪਰਦਾ ਪੈ ਗਿਆ, ਉਹਦੇ ਪਿੱਛੇ ਕੀ ਸਾਜ਼ਿਸ਼ ਸੀ ਜਾਂ ਉਹਦੇ ਪਿੱਛੇ ਸਾਜ਼ਿਸ਼ ਕਰਤਾ ਕਿਹੜੇ ਸੀਗੇ? ਪਰਦਾਫਾਸ਼ ਹੋਣਾ ਚਾਹੀਦਾ ਵਾ। ਜਦੋਂ ਸਰਕਾਰਾਂ ਵੱਲੋਂ ਇਹ ਨਹੀਂ ਪਰਦੇਫਾਸ਼ ਹੋਏ, ਨਹੀਂ ਸੰਗਤਾਂ ਦੇ ਸਾਹਮਣੇ ਸੱਚ ਆਇਆ, ਫਿਰ ਹੁਣ ਸੰਗਤਾਂ ਜਜ਼ਬਾਤ 'ਚ ਆ ਕੇ, ਸੰਗਤਾਂ ਭਾਵਨਾ ਦੇ ਵਿੱਚ ਆ ਕੇ ਫਿਰ ਇਸ ਬੰਨੇ ਤੁਰ ਪਈਆਂ। ਦੇਖੋ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜਦੋਂ ਸਿੱਖਾਂ ਦੇ ਭਾਵਨਾ ਨੂੰ ਠੇਸ ਪਹੁੰਚਦੀ ਆ, ਮੱਸੇ ਰੰਗਣ ਵਾਲਾ ਦੇਖੋ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ, ਅੱਜ ਉਹ ਭਾਵਨਾ ਸਾਡੇ ਸਾਹਮਣੇ ਆ ਰਹੀ ਹੈ।
ਤੇ ਫਿਰ ਕੁਦਰਤੀ ਤੌਰ ਤੇ ਆ ਜਿਹੜਾ ਸੱਚਾ ਸਿੱਖ ਆ ਉਹਦੇ ਮਨ ਨੂੰ ਠੇਸ ਪਹੁੰਚਦੀ ਆ ਤੇ ਕਿਤੇ ਨਾ ਕਿਤੇ ਫਿਰ ਘਟਨਾਵਾਂ ਭਾਵਨਾ ਦੇ ਵਿੱਚ ਆ ਕੇ ਵਾਪਰ ਜਾਂਦੀਆਂ। ਤੇ ਮੈਂ ਐਲਾਨ ਕਰਕੇ ਕਹਿੰਦਾ ਇਸ ਦੇਸ਼ ਤੋਂ ਜਿੱਥੇ ਬੇਅਦਬੀ ਹੁੰਦੀ ਆ ਜੇ ਬੰਦਾ ਫੜਿਆ ਜਾਂਦਾ ਪਹਿਲੀ ਗੱਲ ਤੇ ਫੜਿਆ ਕਿਉਂ ਨਾ ਜਾਵੇ ਭਾਈ, ਗੁਰੂ ਦਾ ਪਹਿਰਾ ਕਿਉਂ ਨਹੀਂ ਹੈਗਾ, ਬੇਅਦਬੀ ਹੋ ਕਿੱਦਾਂ ਜਾਵੇ, ਇਹ ਗੁਰਦੁਆਰੇ ਆ ਕਿ ਰੈਸਟੋਰੈਂਟ ਕੋ ਹੋਟਲ ਕੋ ਬਾਹਰ ਆ ਜਿੱਥੇ ਆਣ ਕੇ ਲੋਕ ਸ਼ਰਾਬਾਂ ਪੀਣ, ਜਿੱਥੇ ਬੇਅਦਬੀ ਹੁੰਦੀ ਹੈ ਇਹ ਕੈਮਰੇ ਕੁਮਰੇ ਬੰਦ ਕਰਕੇ ਮੌਕੇ ਤੇ ਬੰਦਾ ਚੜ੍ਹਾਉਣਾ, ਮੌਕੇ ਤੇ ਬੰਦਾ ਟਕਰੇ ਟਕਰੇ ਕਰਕੇ ਬਾਹਰ ਬੋਰੀ ਚ ਪਾ ਕੇ ਸੁੱਟ ਦੇਣਾ, ਤੇ ਜੇ ਪਰਚਾ ਪਾਉਣ ਉਹਨੂੰ ਕਹ ਪਸੰਦ ਨਹੀਂ ਪਤਾ ਪੂਰੇ ਪਿੰਡ ਦੇ ਭਾਗ ਦਿਓ, ਤੇ ਨਾਲ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਖ ਦਿਓ, ਮੈਂ ਵੀ ਇਸ ਦੇਸ਼ ਤੋਂ ਫੜ ਗਿਆ, ਅਸੀਂ ਵੇਖਦਾ ਕੀ ਹੁੰਦਾ ਬਣ ਗਿਆ, ਇਹਨਾਂ ਬਗੈਰਤੀ ਵਾਲਾ ਜੀਵਨ ਇੱਥੇ ਜਗਾਰੇ ਛੱਡੀਆਂ ਨੇ ਆਪਾਂ, ਤੁਹਾਨੂੰ ਕਿਸੇ ਨੂੰ ਖਬਰ ਨਹੀਂ ਸੀ ਮਿਲੀ, ਦਾਅਵੇ ਸਾਡੇ ਇਹ ਨੇ ਵੀ ਗੁਰੂ ਨਾਲ ਬੜਾ ਪ੍ਰੇਮ ਹੈ, ਗੁਰੂ ਨਾਲ ਸਾਡਾ ਆਹ ਪ੍ਰੇਮ ਹੈ, ਗੁਰੂ ਪਿੱਛੇ ਉਹ ਕਰ ਦਿਆਂਗੇ ਆਹ ਕਰ ਦਿਆਂਗੇ, ਕਰਨਾ ਕੀ ਅਸੀਂ ਕੀ ਹੁੰਦਾ ਉੱਥੇ ਦੋ ਚਾਰ ਬੰਦੇ ਹੋਰ ਮਰ ਜਾਂਦੇ ਪੁੱਛਦੇ ਤੁਹਾਨੂੰ, ਘੱਟੋ ਘੱਟ ਇਹ ਮਿਸਾਲ ਤੇ ਕਾਇਮ ਹੁੰਦੀ ਨਾ ਵੀ ਜਿਹੜਾ ਬੇਅਦਬੀ ਕਰਨ ਆਊਗਾ ਇਸੇ ਰਾਹ ਤੋਰਾਂਗੇ, ਕਿੰਨੇ ਕੁ ਬੰਦੇ ਹੋਰ ਪੁਲਿਸ ਨੂੰ ਦੇਣੇ ਨੇ, ਤੇ ਪੁਲਿਸ ਵਾਲਿਆਂ ਨੂੰ ਮੈਂ ਕਹਿਣਾ ਗੁਰੂ ਤੁਹਾਡਾ ਵੀ ਗੁਰੂ ਹੈ, ਮੱਥੇ ਟੇਕਣੇ ਨੇ, ਵਿਆਹ ਕਰਾਉਣਾ, ਆਨੰਦ ਕਾਰਜ ਕਰਨੇ ਨੇ, ਭੋਗ ਰਖਾਉਣਾ ਹੈ, ਕੋਈ ਖੁਸ਼ੀ ਦਾ ਕੋਈ ਗਮੀ ਦਾ, ਤੇ ਇਸੇ ਗੁਰੂ ਅੱਗੇ ਆਣ ਕੇ ਮੱਥਾ ਟੇਕਣਾ, ਤੇ ਇਹਦੀ ਕੋਈ ਬੇਅਦਬੀ ਕਰਨਾ ਵਿੱਚ ਤੁਸੀਂ ਬਚਾਉਣ ਤੋਂ ਪੈਂਦੇ ਨੇ, ਇਹੋ ਜਿਹੀ ਸਾਨੂੰ ਉੱਤੋਂ ਹੁਕਮ ਹੈ, ਜੇ ਕੋ ਕੱਲ ਨੂੰ ਤੁਹਾਨੂੰ ਉੱਤੋਂ ਤੁਹਾਡੇ ਪਿਓ ਦੀ ਪੱਗ ਲਾਉਣ ਦਾ ਹੁਕਮ ਆ ਜਾਵੇ ਤੇ ਲਾ ਦਿਓ, ਤੇ ਮੈਂ ਐਲਾਨ ਕਰਕੇ ਕਹਿੰਦਾ ਇਸ ਦੇਸ਼ ਤੋਂ ਜਿੱਥੇ ਬੇਅਦਬੀ ਹੁੰਦੀ ਆ ਜੇ ਬੰਦਾ ਫੜਿਆ ਜਾਂਦਾ ਪਹਿਲੀ ਗੱਲ ਤੇ ਫੜਿਆ ਕਿਉਂ ਨਾ ਜਾਵੇ ਭਾਈ, ਗੁਰੂ ਦਾ ਪਹਿਰਾ ਕਿਉਂ ਨਹੀਂ ਹੈਗਾ, ਬੇਅਦਬੀ ਹੋ ਕਿੱਦਾਂ ਜਾਵੇ, ਇਹ ਗੁਰਦੁਆਰੇ ਆ ਕਿ ਰੈਸਟੋਰੈਂਟ ਕੋ ਹੋਟਲ ਕੋ ਬਾਹਰ ਆ ਜਿੱਥੇ ਆਣ ਕੇ ਲੋਕ ਸ਼ਰਾਬਾਂ ਪੀਣ, ਜਿੱਥੇ ਬੇਅਦਬੀ ਹੁੰਦੀ ਹੈ ਇਹ ਕੈਮਰੇ ਕੁਮਰੇ ਬੰਦ ਕਰਕੇ ਮੌਕੇ ਤੇ ਬੰਦਾ ਚੜ੍ਹਾਉਣਾ, ਮੌਕੇ ਤੇ ਬੰਦਾ ਟਕਰੇ ਟਕਰੇ ਕਰਕੇ ਬਾਹਰ ਬੋਰੀ ਚ ਪਾ ਕੇ ਸੁੱਟ ਦੇਣਾ, ਤੇ ਜੇ ਪਰਚਾ ਪਾਉਣ ਉਹਨੂੰ ਕਹ ਪਸੰਦ ਨਹੀਂ ਪਤਾ ਪੂਰੇ ਪਿੰਡ ਦੇ ਭਾਗ ਦਿਓ, ਤੇ ਨਾਲ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਖ ਦਿਓ, ਮੈਂ ਵੀ ਇਸ ਸਟੇਜ ਤੋਂ ਫੜ ਗਿਆ, ਅਸੀਂ ਵੇਖਦੇ ਹਾਂ ਕੀ ਹੁੰਦਾ ਬਣ ਗਿਆ, ਇਹਨਾਂ ਬਗੈਰਤੀ ਵਾਲਾ ਜੀਵਨ ਇੱਥੇ ਜਗਾਰੇ ਛੱਡੀਆਂ ਨੇ ਆਪਾਂ, ਤੁਹਾਨੂੰ ਕਿਸੇ ਨੂੰ ਖਬਰ ਨਹੀਂ ਸੀ ਮਿਲੀ, ਦਾਅਵੇ ਸਾਡੇ ਇਹ ਨੇ ਵੀ ਗੁਰੂ ਨਾਲ ਬੜਾ ਪ੍ਰੇਮ ਹੈ, ਗੁਰੂ ਨਾਲ ਸਾਡਾ ਆਹ ਪ੍ਰੇਮ ਹੈ, ਗੁਰੂ ਪਿੱਛੇ ਉਹ ਕਰ ਦਿਆਂਗੇ ਆਹ ਕਰ ਦਿਆਂਗੇ, ਕਰਨਾ ਕੀ ਅਸੀਂ ਕੀ ਹੁੰਦਾ ਉੱਥੇ ਦੋ ਚਾਰ ਬੰਦੇ ਹੋਰ ਮਰ ਜਾਂਦੇ ਪੁੱਛਦੇ ਤੁਹਾਨੂੰ, ਘੱਟੋ ਘੱਟ ਇਹ ਮਿਸਾਲ ਤੇ ਕਾਇਮ ਹੁੰਦੀ ਨਾ ਵੀ ਜਿਹੜਾ ਬੇਅਦਬੀ ਕਰਨ ਆਊਗਾ ਇਸੇ ਰਾਹ ਤੋਰਾਂਗੇ, ਕਿੰਨੇ ਕੁ ਬੰਦੇ ਹੋਰ ਪੁਲਿਸ ਨੂੰ ਦੇਣੇ ਨੇ, ਤੇ ਪੁਲਿਸ ਵਾਲਿਆਂ ਨੂੰ ਮੈਂ ਕਹਿਣਾ ਗੁਰੂ ਤੁਹਾਡਾ ਵੀ ਗੁਰੂ ਹੈ, ਮੱਥੇ ਟੇਕਣੇ ਨੇ, ਵਿਆਹ ਕਰਾਉਣਾ, ਆਨੰਦ ਕਾਰਜ ਕਰਨੇ ਨੇ, ਭੋਗ ਰਖਾਉਣਾ, ਕੋਈ ਖੁਸ਼ੀ ਦਾ ਕੋਈ ਗਮੀ ਦਾ, ਤੇ ਇਸੇ ਗੁਰੂ ਅੱਗੇ ਆਣ ਕੇ ਮੱਥਾ ਟੇਕਣਾ, ਤੇ ਇਹਦੀ ਕੋਈ ਬੇਅਦਬੀ ਕਰਨਾ ਵਿੱਚ ਤੁਸੀਂ ਬਚਾਉਣ ਤੋਂ ਪੈਂਦੇ ਨੇ, ਇਹੋ ਜਿਹੀ ਸਾਨੂੰ ਉੱਤੋਂ ਹੁਕਮ ਹੈ, ਜੇ ਕੋ ਕੱਲ ਨੂੰ ਤੁਹਾਨੂੰ ਉੱਤੋਂ ਤੁਹਾਡੇ ਪਿਓ ਦੀ ਪੱਗ ਲਾਉਣ ਦਾ ਹੁਕਮ ਆ ਜਾਵੇ ਤੇ ਲਾ ਦਿਓ,